ਵਿਲੇ ਦੇ ਮਾਪਿਆਂ ਦੇ ਘਰ ਮੁਰ ਖੁਸ਼ੀਆਂ ਆਈਆਂ ਨੇ ਸੰਸਾਰ ਦੇ ਪੰਜਾਬੀ ਆਤ ਨਾਲ ਜੁੜੇ ਲੋਕਾਂ ਦੇ ਮਨ ਵਿੱਚ ਵੀ ਖੁਸ਼ੀ ਹੈ ਤੁਹਾਨੂੰ ਖੁਸ਼ੀ ਨਾਲ ਖਬਰ ਖਾਸ ਟੀਵੀ ਚੈਨਲ ਤੇ ਦੱਸੀ ਜਾ ਰਹੀ ਹੈ ਕਿ ਸਰਦਾਰ ਬਲਕੌਰ ਸਿੰਘ ਨੇ ਆਪ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਘਰ ਮੁਰ ਸ਼ੁਭ ਦਾ ਜਨਮ ਹੋਇਆ ਹੈ ਪੁੱਤਰ ਦੀ ਦਾਤ ਉਹਨਾਂ ਨੂੰ ਮਿਲੀ ਹੈ ਸੋ ਇਸ ਨੂੰ ਲੈ ਕੇ ਜਿੱਥੇ ਪਰਿਵਾਰ ਦੀ ਜੋ ਗਮੀ ਹੈ ਦੁੱਖ ਹੈ ਕੁਝ ਨਾ ਕੁਝ ਮੁਰ ਖੁਸ਼ੀ ਵਿੱਚ ਤਬਦੀਲ ਹੋਇਆ ਹੈ ਕਿ ਉਹਨਾਂ ਦੇ ਘਰ ਮੁੜ ਜੋ ਜੜ ਲੱਗੀ ਹੈ ਆਸ ਜਾਗੀ ਹੈ ਇਸ ਦੇ ਨਾਲ ਹੀ ਜਿੰਨੇ ਵੀ ਸੁਭਚਿੰਤਕ ਸਨ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਨੇ ਉਹਨਾਂ ਵਿੱਚ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਨਗਰ ਵਾਸੀਆਂ ਵੱਲੋਂ ਅਤੇ ਪੰਜਾਬ ਸਮੇਤ ਬਾਹਰ ਤੱਕ ਵੱਸਦੇ ਪੰਜਾਬੀਆਂ ਅਤੇ ਸੁਭਚਿੰਤਕਾਂ ਦੇ ਵੱਲੋਂ ਕਿ ਪਰਮਾਤਮਾ ਨੇ ਸੁਣੀ ਹੈ ਕਿ ਪਰਿਵਾਰ ਮੁੜ ਕੁਝ ਨਾ ਕੁਝ ਖੁਸ਼ੀ ਦੀ ਆਸ ਕਰਨ ਦੇ ਨਾਲ ਹੁਣ ਜੀਵੇਗਾ ਤੇ ਸਿੱਧੂ ਮੂਸੇਵਾਲੇ ਦੇ ਰੂਪ ਵਿੱਚ ਹੀ ਦੇਖਿਆ ਜਾ ਰਿਹਾ ਹੈ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਪਾਈ ਜਾ ਰਹੀ ਹੈ ਜੋ ਇੱਕ ਖਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਘਰ ਮੁੜ ਜਨਮ ਲਿਆ ਹੈ ਦੂਸਰੇ ਰੂਪ ਦੇ ਵਿੱਚ ਸੋ ਦੇਖੋ ਤੁਸੀਂ ਸਾਡੀ ਇਹ ਖਬਰ ਜੋ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਦੀ ਆ ਰਹੀ ਹੈ